ਗਿਆਨ ਇੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸੁਨ ਸੋਏ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸੁਨ ਸੋਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਕੋਖੇ ਸ਼ਾਸਤਰ ਵੇਦ ਸਭ ਆਨ ਨ ਕਥ ਤੋ ਕੋਏ ਆਦਿ ਜੁਗਾਦੀ ਹੁਣ ਹੋਵਤ ਨਾਨਕ ਇੱਕੈ ਸੋਏ ਕੋਖੇ ਸ਼ਾਸਤਰ ਵੇਦ ਸਭ ਆਨ ਨ ਕਥ ਤੋ ਕੋਏ ਆਦਿ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੁਖ ਸੰਗਤਾਂ ਸਮੂਹ ਮਾਈ ਭਾਈ ਕਣਤਾ ਦੇ ਯੋਗ ਅੰਮ੍ਰਿਤ ਵੇਲੇ ਦੇ ਸਾਜ ਰਹੇ ਦੀਵਾਨਾਂ ਅੰਦਰ ਹਾਜ਼ਰੀਨ ਹੋ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਦੀ ਸੰਗਤ ਕਰਨ ਦਾ ਸੁਭਾਗਾ ਸਮਾਂ ਮਹਾਰਾਜ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਪਿਆਰ ਸ਼ਰਧਾ ਦੇ ਸਤਿਕਾਰ ਨਾਲ ਸ਼੍ਰਵਣ ਕਰਨਾ ਕਰੀਏ। ਪਿਛਲੇ ਦਿਨਾਂ ਦੇ ਵਿੱਚ ਗੁਰਬਾਣੀ ਦੀ ਲੜੀਵਾਰ ਕਥਾ ਦੇ ਚੱਲਦਿਆਂ ਹੋਇਆਂ 52 ਅੱਖਰੀ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਦੀ ਵਿਚਾਰ ਆਰੰਭ ਹੋਈ ਸੀ। ਤੋ ਅਸੀਂ ਰੋਜ਼ 5, 2, 4 ਇੱਦਾਂ ਸਲੋਕ ਵਿਚਾਰਦੇ ਹਾਂ। ਮਹਾਰਾਜ ਜੀ ਇਹ ਕਹਿ ਲਓ ਸਲੋਕਾਂ ਦੇ ਵਿੱਚ ਮੂਲ ਪਾਠ ਉਚਾਰਦੇ ਨੇ ਔਰ ਪੌੜੀ ਦੇ ਵਿੱਚ ਉਹਦਾ ਹੀ ਅਰਥ ਕਰਕੇ ਉਹਦਾ ਟੀਕਾ ਕਰਕੇ ਸੱਚੇ ਪਾਤਸ਼ਾਹ ਆਪ ਸਮਝਾ ਦਿੰਦੇ ਨੇ। ਵੈਸੇ ਗੁਰਬਾਣੀ ਇੰਨੀ ਸਰਲ ਹੈ ਵੀ ਇਹਨੂੰ ਬਹੁਤੇ ਵਿਖਿਆਣ ਦੀ ਲੋੜ ਨਹੀਂ ਪੈਂਦੀ।
ਗੁਰਬਾਣੀ ਆਪਣੇ ਆਪ ਦੇ ਵਿੱਚ ਆਪਣੀ ਕਥਾ ਆਪ ਹੈ। ਗੁਰਬਾਣੀ ਨੂੰ ਕਥਾ ਦੀ ਲੋੜ ਨਹੀਂ, ਅਰਥਾਂ ਦੀ ਲੋੜ ਨਹੀਂ। ਗੁਰਬਾਣੀ ਆਪਣੇ ਆਪ ਦੇ ਵਿੱਚ ਹੀ ਅਰਥ ਹੈ। ਪਰ ਹਾਂ, ਜੇ ਲੋੜ ਹੈ ਤੇ ਥੋੜਾ ਜਿਹਾ ਧਿਆਨ ਦੇਣ ਦੀ, ਸਮਝਣ ਦੀ, ਕਿਉਂਕਿ ਮਹਾਰਾਜ ਜੀ ਤਾਂ ਜਿਹੜਾ ਹੈ ਬੜੇ ਸਰਲ ਸ਼ਬਦਾਂ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਿਤੇ ਕਿਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਮਹਿੰਗੇ ਮਹਿੰਗੇ ਸ਼ਬਦ ਵਰਤੇ ਨੇ, ਉਹਨਾਂ ਵਾਸਤੇ ਥੋੜਾ ਬਹੁਤ ਬੋਧ ਹੋਣਾ ਜ਼ਰੂਰੀ ਹੈ। ਪਰ ਬਹੁਤਾਤ ਦੇ ਵਿੱਚ ਮਹਾਰਾਜ ਜੀ ਨੇ ਜਿਹੜਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਦੇਖੋ ਮਹਾਰਾਜ ਜੀ ਜਿਹੜਾ 52 ਅੱਖਰਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਵੇਂ ਕਿ ਅਸੀਂ ਪੜ੍ਹਦੇ ਹਾਂ ਘੱਗਾ ਘਰ। ਪਰ ਮਹਾਰਾਜ ਜੀ ਨੇ ਇੱਥੇ ਘੱਗੇ ਦੇ ਬਾਬਤ ਕੁਝ ਹੋਰ ਸ਼ਬਦ ਵਰਤੇ ਨੇ, ਜਿਵੇਂ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਵੀ ਸ਼ਰਵਣ ਕੀਤਾ ਸੀ ਕਿ ਗੱਗਾ ਗੋਬਿੰਦ ਗੁਣ ਰਭੋ ਸਾਸ ਸਾਸ ਜਪ ਨੀਤ। ਅਸੀਂ ਹੁਣ ਤੱਕ ਗੱਗਾ ਗਾਂ ਹੀ ਬੜੀ ਹੈ, ਸਾਨੂੰ ਹਲੇ ਤੱਕ ਨਹੀਂ ਸਮਝ ਆਇਆ ਗੱਗੇ ਤੋਂ ਭਾਵ ਗੋਬਿੰਦ ਹੁੰਦਾ। ਜਾਂ ਅਸੀਂ ਗੱਗਾ ਗੋਲਾ ਪੜ੍ਹਿਆ, ਪਰ ਮਹਾਰਾਜ ਕਹਿੰਦੇ ਇਕੱਲੇ ਅੱਖਰਾਂ ਦੇ ਵਿੱਚ ਨਾ ਉਲਝਿਆ ਰਹੇ ਜੀ, ਇਹਨਾਂ ਦੇ ਗੂਹਜ ਭੇਦ ਨੂੰ ਸਮਝ ਜਾਣ ਵੀ ਇਹਦੇ ਵਿੱਚ ਮਹਾਰਾਜ ਨੇ ਪਰਮੇਸ਼ਰ ਨੇ ਕੀ ਤੈਨੂੰ ਜਿਹੜਾ ਬੋਧ ਬਖਸ਼ਿਆ। ਇਹਨਾਂ ਅੱਖਰਾਂ ਦੁਆਰਾ ਕਹਿੰਦੇ ਉਹਦੀ ਉਸਤਤ ਕਰ। ਹੁਣ ਮਹਾਰਾਜ ਜੀ ਕਿਰਪਾ ਦ੍ਰਿਸ਼ਟੀ ਰਹਿਮਤ ਕਰ ਰਹੇ ਨੇ, ਸਲੋਕ ਆਰੰਭ ਹੋ ਰਿਹਾ ਹੈ। 20ਵਾਂ ਸਲੋਕ ਹੈ, 254 ਅੰਗ ਦੇ ਉੱਤੇ ਸੁਭਾਏਮਾਨ ਹੈ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਖੇ ਸ਼ਾਸਤਰ ਵੇਦ ਸਭ ਆਨ ਨ ਕਥਤੋ ਕੋਏ। ਕੋਖੇ ਤੋਂ ਭਾਵ ਹੈ ਪੜ੍ਹ ਲੇ, ਫਰੋਲ ਲੇ, ਦੇਖ ਲੇ। ਕੀ ਦੇਖੇ? ਮਹਾਰਾਜ ਕਹਿੰਦੇ ਸ਼ਾਸਤਰ ਵੇਦ ਸਭ, ਚਾਰੇ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, 108 ਉਪਨਿਸ਼ਦ, 18 ਪੁਰਾਣ। ਮਹਾਰਾਜ ਕਹਿੰਦੇ ਸਭ ਸਾਰਿਆਂ ਨੂੰ ਦੇਖ ਲਿਆ, ਪੜ੍ਹ ਲਿਆ, ਵਿਚਾਰ ਲਿਆ। ਆਨ ਨਾ ਕਥ ਤੋਂ ਕੋਏ, ਉਹਨਾਂ ਨੂੰ ਪੜ੍ਹ ਕੇ ਇੱਕ ਗੱਲ ਦੀ ਸਮਝ ਲੱਗ ਗਈ ਹੈ ਕਿ ਪਰਮੇਸ਼ਰ ਵਾਹਿਗੁਰੂ ਤੇਰੇ ਤੋਂ ਬਿਨਾਂ ਦੂਜਾ ਕੋਈ ਹੈ ਨਹੀਂ। ਵੇਦਾਂ ਸ਼ਾਸਤਰਾਂ ਨੇ ਵੀ ਜਿਹੜਾ ਹੈ ਇੱਕ ਅਦਵੈਤ ਪਰਮੇਸ਼ਰ ਦੀ ਹੀ ਉਸਤਤ ਕੀਤੀ ਹੈ। ਜਿਵੇਂ ਇੱਕ ਵਾਰ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਵੇਦਾਂ ਦੇ ਵਿੱਚ ਨਾਮ ਦੀ ਗੱਲ ਸੀ, ਪਰ ਜਦੋਂ ਇਹਨਾਂ ਨੇ ਉਹਨਾਂ ਦੇ ਵਿੱਚ ਮਿਲਾਵਟ ਕਰਨੀ ਚਾਹੀ, ਉਹਨਾਂ ਦਾ ਉਲੱਥਾ ਕਰਕੇ ਥੋੜੇ ਜਿਹੇ ਹੋਰ ਗ੍ਰੰਥ ਅੱਗੇ ਬਣਾਏ, ਉਹਨਾਂ ਦੇ ਵਿੱਚ ਇਹਨਾਂ ਨੇ ਕਰਮ ਕਾਂਡਾਂ ਦਾ ਜ਼ਿਕਰ ਕਰ ਦਿੱਤਾ, ਜਿੱਥੋਂ ਕਿ ਪਖੰਡਵਾਦ ਆਰੰਭ ਹੋ ਗਿਆ।
ਵੇਦ ਮਾੜੇ ਨਹੀਂ ਸੀ। ਮਹਾਰਾਜ ਨੇ ਤਾਂ ਆਪ ਆਪਣੀ ਬਾਣੀ ਦੇ ਵਿੱਚ ਕਿਹਾ, ਵੇਦਾਂ ਮੈਂ ਨਾਮ ਉੱਤਮ ਹੈ ਸੋ ਸੁਣ ਹੈ ਨਾ ਹੀ ਫਿਰ ਜਿਉਂ ਬੇਥਾਲੇ, ਕਹਿੰਦੇ ਵੇਦ ਮਾੜੇ ਨਹੀਂ। ਪਰ ਇਹਨਾਂ ਦਾ ਤਰਜਮਾ ਕਰਕੇ ਇਹ ਕਹਿ ਲਓ ਆਪਣੀ ਪੂਜਾ ਕਰਾਉਣ ਦੀ ਮਨਸ਼ਾ ਦੇ ਨਾਲ ਉਹਦੇ ਵਿੱਚ ਕਰਮਕਾਂਡਾਂ ਦਾ ਜ਼ਿਕਰ ਕੀਤਾ ਗਿਆ ਤਾਂ ਕਿ ਬ੍ਰਾਹਮਣ ਦੀ ਪੂਜਾ ਹੋਵੇ। ਪਰ ਮਹਾਰਾਜ ਜੀ ਕਹਿਣ ਲੱਗੇ ਸੀ, ਵੇਦਾਂ ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ, ਪੁਰਾਣਾਂ ਨੂੰ, ਸਭ ਸਾਰਿਆਂ ਨੂੰ ਘੋਖਿਆ, ਦੇਖਿਆ, ਪੜਤਾਲਿਆ, ਪੜ੍ਹਿਆ, ਆਨ ਨਾ ਕਸਤੋਂ ਕੋਈ, ਇਹਨਾਂ ਨੇ ਵੀ ਇੱਕ ਅਦਵੈਤ ਪਰਮੇਸ਼ਰ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਕਿਸੇ ਦਾ ਜਿਹੜਾ ਹੈ ਉਹ ਕਥਨ ਨਹੀਂ ਕੀਤਾ ਹੈ। ਆਦਿ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ। ਆਦਿ ਕਹਿੰਦੇ ਮੁੱਢ ਤੋਂ, ਜੁਗਾਦੀ ਜੁਗਾਂ ਦੇ ਆਰੰਭ ਤੋਂ ਹੀ, ਹੁਣ ਹੋਵਤ ਤੇ ਹੁਣ ਵੀ, ਨਾਨਕ ਇੱਕ ਸੋਏ, ਇੱਕ ਅਦਵੈਤ ਪਰਮੇਸ਼ਰ ਵਾਹਿਗੁਰੂ ਹੀ ਵਰਤ ਰਿਹਾ ਹੈ, ਜਿਹੜਾ ਆਰੰਭ ਦੇ ਵਿੱਚ ਸੀ, ਜੁਗਾਂ ਵੇਲੇ ਵੀ ਸੀ, ਹੁਣ ਵੀ ਹੈ ਤੇ ਅਗਾਂਹ ਵੀ ਹੋਵੇਗਾ। ਹੁਣ ਕਹਿੰਦੇ ਪ੍ਰੈਜ਼ੈਂਟ ਟਾਈਮ ਜਿਹੜਾ ਚੱਲ ਰਿਹਾ ਹੈ, ਤਿੰਨ ਤਰ੍ਹਾਂ ਦੇ ਟਾਈਮ ਨੇ, ਸਮਾਂ ਤਿੰਨ ਪ੍ਰਕਾਰ ਦਾ, ਪਾਸਟ ਜਿਹੜਾ ਬੀਤ ਚੁੱਕਿਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਭੂਤਕਾਲ, ਪ੍ਰੈਜ਼ੈਂਟ ਟਾਈਮ ਜਿਹੜਾ ਚੱਲ ਰਿਹਾ ਜਿਹਨੂੰ ਵਰਤਮਾਨ ਕਹਿੰਦੇ ਹਾਂ, ਤੇ ਤੀਜੇ ਨੰਬਰ ਦੇ ਉੱਤੇ ਫਿਊਚਰ ਜਿਹਨੂੰ ਕਹਿੰਦੇ ਆ ਭਵਿੱਖਕਾਲ, ਆਉਣ ਵਾਲਾ ਸਮਾਂ। ਸੱਚੇ ਪਾਤਸ਼ਾਹ ਕਹਿੰਦੇ ਇਹ ਤਿੰਨੇ ਸਮਿਆਂ ਦੇ ਵਿੱਚ ਹੀ ਪਰਮੇਸ਼ਰ ਸੀ, ਹੈ ਤੇ ਅਗਾਂਹ ਉਹੀ ਰਹੇਗਾ। ਆਦਿ ਜੁਗਾਦੀ ਹੁਣ ਹੋਵਤ, ਆਰੰਭ ਦੇ ਵਿੱਚ ਸੀ, ਜੁਗਾਂ ਵੇਲੇ ਵੀ ਸੀ, ਹੁਣ ਹੈ, ਅਗਾਂਹ ਵੀ ਜਿਹੜਾ ਹੋਵਤ ਹੋਵੇਗਾ। ਨਾਨਕ ਇੱਕ ਹੈ ਸੋਏ, ਇੱਕ ਅਦਵੈਤ ਪਰਮੇਸ਼ਰ ਵਾਹਿਗੁਰੂ ਹੀ ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਹੋਵੇਗਾ। ਕੱਗਾ ਕਲ ਹੋਮਣ ਇਹ ਬਿਨ ਹਰ ਦੂਸਰ ਨਾਹੇ। ਮਹਾਰਾਜ ਜੀ ਕਹਿਣ ਲੱਗੇ, ਕੱਗੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਕੱਗਾ ਕਾਲ ਹੋ ਮਨ ਹੈ ਇਹ। ਮਹਾਰਾਜ ਕੱਗੇ ਦੁਆਰਾ ਕਹਿੰਦੇ, ਭਾਈ ਮਨ ਦੇ ਵਿੱਚ ਕਾਲ ਹੋ, ਜਾਣੋ ਕੀ ਜਾਣਨਾ ਹੈ, ਬਿਨ ਹਰ ਦੂਸਰ ਨਾਹੀਂ। ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਸੰਸਾਰ ਦੇ ਵਿੱਚ ਦੂਜਾ ਕੋਈ ਹੈ ਨਹੀਂ ਜਿਹੜਾ ਉਹਦੀ ਬਰਾਬਰੀ ਕਰ ਸਕੇ। ਸਤਿਜ ਪਾਤਸ਼ਾਹ ਕਹਿਣ ਲੱਗੇ ਇਹ ਜਾਣ, ਹੁਣ ਇਹ ਮਹਾਰਾਜ ਜੀ ਅਰਥ ਕਰ ਰਹੇ ਨੇ ਕਿਹਦੇ, ਜਿਹੜਾ ਉੱਪਰ ਸਲੋਕ ਉਚਾਰਿਆ ਸੀ, ਘੋਖੇ ਸ਼ਾਸਤਰ ਵੇਦ ਸਭ ਆਰ ਨਾ ਕਥ ਤੋਂ ਕੋਏ, ਉਹਦਾ ਹੀ ਅਰਥ ਕਰ ਰਹੇ ਨੇ। ਸਲੋਕ ਵੀ ਦੇਖੋ ਘੱਗੇ ਨਾਲ ਉਚਾਰਿਆ, ਪਹਿਲਾ ਅੱਖਰ ਘੱਗਾ ਹੈ, ਔਰ ਪੌੜੀ ਵੀ ਜਿਹੜੀ ਘੱਗੇ ਨਾਲ ਹੀ ਉਚਾਰ ਰਹੇ ਨੇ ਮਹਾਰਾਜ ਜੀ, ਕਿਉਂਕਿ ਮਹਾਰਾਜ ਵਰਗੀ ਜਿਹੜੀ ਹੈ ਉਹ ਕਾਵਿ ਰਚਨਾ ਵੀ ਨਹੀਂ ਕੋਈ ਕਰ ਸਕਦਾ। ਮਹਾਰਾਜ ਜੀ ਜਿੱਥੇ ਸ਼ਕਤੀਆਂ ਕਰਕੇ ਨਿਪੁੰਨੇ, ਉੱਥੇ ਵਿਦਿਆ ਕਰਕੇ ਵੀ ਨਿਪੁੰਨੇ। ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਜਿਹੜੀ ਬਾਣੀ ਰਚੀ ਹੈ ਉਹਦੇ ਵਿੱਚ ਬੜੇ ਜਿਹੜੇ ਕਮਾਲ ਕਮਾਲ ਦੇ ਛੰਦ ਮਹਾਰਾਜ ਜੀ ਨੇ ਲਾਏ ਨੇ, ਜੜੇ ਨੇ ਮਹਾਰਾਜ ਨੇ ਛੰਦ, ਉਹਨਾਂ ਦੀ ਬਣਤਰ ਜੇ ਮੂਰਲਾ ਅੱਖਰ ਕੱਕੇ ਤੋਂ ਸ਼ੁਰੂ ਹੋ ਰਿਹਾ ਤੇ ਸਾਰੀ ਤੁਕ ਦੇ ਅੱਖਰ ਹੀ ਜਿਹੜੇ ਕੱਕੇ ਨਾਲ ਹੀ ਆਉਣਗੇ। ਜੇ ਡੱਡਾ ਸ਼ਬਦ ਵਰਤ ਰਹੇ ਨੇ ਤੇ ਸਾਰੇ ਅੱਖਰ ਡੱਡੇ ਨਾਲ ਹੀ ਆਉਣਗੇ, ਕਿਉਂਕਿ ਮਹਾਰਾਜ ਜਿੱਥੇ ਸ਼ਾਸਤਰਾਂ ਦੇ ਧਨੀ ਨੇ ਉੱਥੇ ਵਿਦਿਆ ਦੇ ਵੀ ਮਹਾਰਾਜ ਧਨੀ ਨੇ। ਮਹਾਰਾਜ ਦੇ ਘਰ ਦੇ ਵਿੱਚ ਸ਼ਾਸਤਰ ਸਾਰਾ ਕੁਝ ਹੀ ਹੈ। ਸੋ ਰਹੋ ਵਿਚਾਰ
ਮਹਾਰਾਜ ਕਹਿਣ ਲੱਗੇ ਘੱਗਾ ਕਲ ਹੋ ਮਨਹਿ ਏਹ। ਮਨ ਦੇ ਵਿੱਚ ਭਾਈ ਜਾਣ ਲਵੋ ਕੀ ਜਾਣਨਾ। ਪਾਤਸ਼ਾਹ ਕਹਿਣ ਲੱਗੇ ਬਿਨ ਹਰ ਦੂਸਰ ਨਾਹੀ, ਪਰਮੇਸ਼ਰ ਤੋਂ ਬਿਨਾਂ ਦੂਜਾ ਹੈ ਨੀ। ਇਹ ਹੁਣ ਕਿੱਥੋਂ ਪਤਾ ਲੱਗਿਆ? ਕਹਿੰਦੇ ਜਿਹੜੇ ਵੇਦਾਂ ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ, ਪੁੱਥੀਆਂ ਨੂੰ, ਪੁਰਾਣਾਂ ਨੂੰ ਪੜ੍ਹਿਆ, ਉਹਨਾਂ ਨੇ ਵੀ ਇਸ ਗੱਲ ਦਾ ਹਵਾਲਾ ਦਿੱਤਾ ਵੀ ਕਰਨ ਕਾਰਨ ਜੇ ਕੋਈ ਹੈ ਤੇ ਉਹ ਇੱਕ ਪਰਮੇਸ਼ਰ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਕਾਰਨ ਨੀ। ਪਰਮੇਸ਼ਰ ਸਾਰੇ ਕਾਰਨਾਂ ਦਾ ਜਿਹੜਾ ਮੁੱਢ ਕਾਰਨ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਬਿਨ ਹਰ ਦੂਸਰ ਨਾਹੀ, ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਹੈ ਨਹੀਂ। ਨਹਿ ਹੋਆ ਨਹਿ ਹੋਵਣੈ ਜਤ ਕਤ ਉਹੀ ਸਮਾਹੇ। ਨਹਿ ਹੋਆ ਕਹਿੰਦੇ ਨਾ ਅੱਜ ਤੋਂ ਪਹਿਲਾਂ ਪਰਮੇਸ਼ਰ ਦਾ ਸ਼ਰੀਕ ਕੋਈ ਤੋਲੋ ਦੇ ਹੋਇਆ ਹੈ। ਨਹਿ ਹੋਵਣਾ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ। ਜਤ ਕਤ ਉਹੀ ਸਮਾਹੇ, ਮਹਾਰਾਜ ਕਹਿੰਦੇ ਜਿੱਧਰ ਮਰਜ਼ੀ ਝਾਤ ਮਾਰ ਲਓ, ਇੱਕ ਪਰਮੇਸ਼ਰ ਵਾਹਿਗੁਰੂ ਹੀ ਹੈ ਜਿਹੜਾ ਸਾਰੇ ਪਾਸੇ ਸਮਾ ਰਿਹਾ। ਉਹਦੇ ਤੋਂ ਬਿਨਾਂ ਸੰਸਾਰ ਦੇ ਵਿੱਚ ਦੂਜਾ ਕੋਈ ਨਹੀਂ ਦਿਖ ਰਿਹਾ। ਲਹਿ ਤਾ ਮਨ ਜੋ ਆਵਹਿ ਸਰਣਾ, ਕੁੱਲ ਹੈ ਮਹਾਰਾਜ ਕਹਿੰਦੇ ਜਦੋਂ ਤੂੰ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆਵੇਗਾ, ਕੁੱਲ ਹੈ ਤੋ ਮਨ, ਕਹਿੰਦੇ ਤਰੇਗਾ ਤੂੰ, ਕੁੱਲ ਹੈ ਤੋ ਭਾਵ ਤਰ ਜਾਏਗਾ। ਤਰੇਗਾ ਕਦੋਂ? ਮਹਾਰਾਜ ਕਹਿੰਦੇ ਜੋ ਆਵਹਿ ਸਰਣਾ, ਜਦੋਂ ਆਪਣੇ ਸਤਿਗੁਰੂ ਦੀ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾਏਗਾ ਨਾ, ਉਦੋਂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤੇਰਾ ਕਲਿਆਣ ਹੋਣਾ, ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਏਗਾ। ਮਹਾਰਾਜ ਜੀ ਕਹਿਣ ਲੱਗੇ ਕੁੱਲ ਹੈ ਤੋ ਮਨ ਜੋ ਆਵਹਿ ਸਰਣਾ, ਤੇਰਾ ਕਲਿਆਣ ਉਦੋਂ ਹੋਣਾ ਜਦੋਂ ਤੂੰ ਆਪਣੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏਗਾ। ਨਾਮ ਤਤ ਕਲਮ ਹੈ ਪੁਨਹ ਚਰਣਾ, ਮਹਾਰਾਜ ਕਹਿਣ ਲੱਗੇ ਜਿਹੜਾ ਨਾਮ ਹੈ ਨਾ ਇਹ ਕਲ ਸਮੇਂ ਦੇ ਵਿੱਚ, ਕਲ ਨਾਮ ਕਲਯੁਗ ਦਾ, ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਨਾਮ ਹੈ ਇਹੀ ਪੁਨਹ ਚਰਣਾ ਹੈ। ਪੁਨਹ ਚਰਨ ਤੋਂ ਭਾਵ ਕੀ ਆ? ਪਸ਼ਚਾਤਾਪ, ਸਾਰੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਜੇ ਕੋਈ ਪਸ਼ਚਾਤਾਪ ਹੈ ਉਹ ਨਾਮ ਹੈ। ਜਿਹੜਾ ਬੰਦਾ ਨਾਮ ਜਪ ਕਰ ਰਿਹਾ ਉਹਦਾ ਪਸ਼ਚਾਤਾਪ ਵੀ ਹੋ ਰਿਹਾ ਉਹਦੀਆਂ ਕੀਤੀਆਂ ਗਲਤੀਆਂ ਨੂੰ ਲੈ ਕਰ। ਜਿੱਡਾ ਵੱਡਾ ਮਰਜ਼ੀ ਪਾਪ ਹੋ ਜਾਏ ਉਹ ਕਿਸੇ ਹੋਰ ਢੰਗ ਦੇ ਨਾਲ ਕੱਟਿਆ ਜਾਏ ਨਾ ਕੱਟਿਆ ਜਾਏ, ਪਰ ਕਹਿੰਦੇ ਨਾਮ ਦੇ ਦੁਆਰਾ ਉਹਦਾ ਪਸ਼ਚਾਤਾਪ ਕੀਤਾ ਜਾ ਸਕਦਾ, ਉਹਦਾ ਪ੍ਰਾਸ਼ਚਿਤ ਕੀਤਾ ਜਾ ਸਕਦਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਏਡਾ ਬਲੀ ਹੈ ਪਰਮੇਸ਼ਰ ਦਾ ਨਾਮ, ਨਾਮ ਤਤ ਕਲ ਮੈਂ ਪੁਨਾ ਚਰਨਾ। ਕਲਯੁਗ ਦੇ ਵਿੱਚ ਪ੍ਰਾਸ਼ਚਿਤ ਕਰਨ ਦਾ ਇੱਕੋ ਇੱਕ ਢੰਗ ਹੈ, ਆਪਣੀਆਂ ਗਲਤੀਆਂ ਤੋਂ ਮਾਫ਼ੀ ਮੰਗਣ ਦਾ ਇੱਕੋ ਇੱਕ ਢੰਗ ਹੈ, ਉਹ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ। ਕਾਲ ਕਾਲ ਅਨੇਕ ਪਛਤਾਵ ਹੈ, ਮਹਾਰਾਜ ਕਹਿੰਦੇ ਬਹੁਤ ਸਾਰੇ ਜਿਹੜੇ ਤੂੰ ਕਰਮ ਕੀਤੇ ਹਨ, ਕਾਲ ਕਾਲ ਜਿਹੜੀ ਬਹੁਤ ਕਮਾਈ ਕੀਤੀ ਹੈ, ਕਾਹਦੀ? ਪਾਪਾਂ ਦੀ। ਕਹਿੰਦੇ ਉਹ ਪਾਪਾਂ ਦੀ ਕਮਾਈ ਇੰਨੀ ਕੁ ਕਰ ਲਈ ਹੈ, ਇੰਨੇ ਕੁ ਘਾਲ ਇਕੱਠੇ ਕਰ ਲਏ ਨੇ, ਅਨਕ ਪਛਤਾਵਾ। ਮਹਾਰਾਜ ਕਹਿੰਦੇ ਇਕੱਠੇ ਕਰਕੇ ਬਹੁਤ ਜ਼ਿਆਦਾ ਜੀਵ ਪਛਤਾ ਰਿਹਾ ਹੈ। ਬਿਨ ਹਰ ਭਗਤ ਕਹਾ ਥਿਤ ਪਾਵਹਿ, ਮਹਾਰਾਜ ਕਹਿੰਦੇ ਦੱਸ ਬਿਨਾਂ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਤੋਂ ਕਹਾ ਥਿਤ ਪਾਵਹਿ, ਕਿਵੇਂ ਟਿਕ ਸਕਦਾ ਹੈ ਤੂੰ ਸੰਸਾਰ ਦੇ ਅੰਦਰ? ਤੇਰਾ ਜੀਵੜਾ ਜਿਹੜਾ ਤੇਰਾ ਹਿਰਦਾ ਉਹ ਕਿਵੇਂ ਸ਼ਾਂਤ ਹੋ ਸਕਦਾ ਹੈ?
ਜੇ ਪਰਮੇਸ਼ਰ ਦੀ ਉਸਤਤ ਨਹੀਂ ਕਰ ਰਿਹਾ, ਸੋਭਾ ਨਹੀਂ ਕਰ ਰਿਹਾ, ਮਹਾਰਾਜ ਕਹਿੰਦੇ ਤੇਰੇ ਕੀਤੇ ਹੋਏ ਪਾਪ ਹੀ ਤੈਨੂੰ ਸਾੜੀ ਜਾਣਗੇ। ਜਿਵੇਂ ਜਿਵੇਂ ਬੰਦਾ ਦੂਜਿਆਂ ਨਾਲ ਕਰਦਾ ਉਵੇਂ ਉਵੇਂ ਹੀ ਇਹਨੂੰ ਸੰਸਾ ਲੱਗਿਆ ਰਹਿੰਦਾ, ਕਿਤੇ ਮੇਰੇ ਨਾਲ ਏਦਾਂ ਹੀ ਨਾ ਹੋ ਜਾਏ। ਜਿਵੇਂ ਜਿਵੇਂ ਇਹ ਕਰਮ ਕਰਦਾ, ਜਿਹੜਾ ਜਿਹੜਾ ਇਹ ਕਰਮ ਕਰਦਾ ਇਹਨੂੰ ਇਹ ਲੱਗਦਾ ਵੀ ਕਿਤੇ ਮੇਰੇ ਨਾਲ ਐਂ ਨਾ ਵਾਪਰ ਜਾਏ। ਜੇ ਕਿਸੇ ਦੇ ਨਾਲ ਠੱਗੀ ਮਾਰ ਲਈ ਹੈ ਤੇ ਆਪਣੇ ਲਈ ਵੀ ਚਿੰਤਾ ਲੱਗੀ ਰਹੇਗੀ, ਕਿਤੇ ਮੇਰਾ ਕੋਈ ਮੁਲਾਜ਼ਮ ਹੀ ਮੇਰੇ ਨਾਲ ਠੱਗੀ ਨਾ ਮਾਰ ਜਾਏ, ਮੇਰਾ ਰਿਸ਼ਤੇਦਾਰ ਹੀ ਮੇਰੇ ਨਾਲ ਕੋਈ ਮਾੜੀ ਨਾ ਕਰ ਜਾਏ। ਮਹਾਰਾਜ ਕਹਿੰਦੇ ਜਿਹੜੀ ਕਾਲ ਜਿਹੜੀ ਇਹਨੇ ਕਮਾਈ ਕੀਤੀ ਹੈ ਨਾ, ਅਣਖ ਪਛਤਾਵਾ ਉਹਨੂੰ ਕਰਕੇ ਬਹੁਤ ਜ਼ਿਆਦਾ ਪਛਤਾਉਂਦਾ ਪਿਆ। ਮਹਾਰਾਜ ਕਹਿੰਦੇ ਹੁਣ ਇਹ ਭੁੱਲ ਚੁੱਕਿਆ, ਬਿਨ ਹਰ ਭਗਤ ਕਹਾ ਥਿਤ ਪਾਵੈ, ਬਿਨਾਂ ਪਰਮੇਸ਼ਵਰ ਦੀ ਭਗਤੀ ਤੋਂ ਕਿਵੇਂ ਸੰਸਾਰ 'ਚ ਟਿਕ ਸਕਦਾ, ਕਿਵੇਂ ਜਿਹੜਾ ਤੇਰੇ ਹਿਰਦੇ 'ਚ ਆਨੰਦ ਰਹਿ ਸਕਦਾ। ਜੇ ਤਾਂ ਭਗਤੀ ਹੈ, ਜੇ ਤਾਂ ਜਪ ਹੈ, ਫਿਰ ਤਾਂ ਆਨੰਦ ਵੀ ਬਣਿਆ ਰਹੇਗਾ। ਜੇ ਜਪ ਨਹੀਂ, ਭਗਤੀ ਨਹੀਂ, ਆਨੰਦ ਨਹੀਂ ਹੈ ਫਿਰ, ਤੇ ਜਦੋਂ ਆਨੰਦ ਨਹੀਂ ਫਿਰ ਸੰਸੇ ਝੋਰੇ ਲੱਗੇ ਰਹਿੰਦੇ ਨੇ। ਜਿਹੜਾ ਕੁਝ ਅਸੀਂ ਕੀਤਾ ਹੈ ਉਹੀ ਸਾਨੂੰ ਜਿਹੜਾ ਤਪਾਈ ਜਾਂਦਾ, ਸਾਡਾ ਹਿਰਦੇ ਨੂੰ ਸਾੜੀ ਜਾਂਦਾ, ਬਾਲੀ ਜਾਂਦਾ। ਮਹਾਰਾਜ ਇਸੇ ਪ੍ਰਕਾਰ ਕਹਿੰਦੇ ਭਾਈ ਬਿਨ ਹਰ ਭਗਤ ਕਹਾ ਥਿਤ ਪਾਵੈ, ਦੱਸੋ ਪਰਮੇਸ਼ਵਰ ਦੀ ਭਗਤੀ ਤੋਂ ਬਿਨਾਂ ਕਿਹੜਾ ਸੰਸਾਰ ਦੇ ਵਿੱਚ ਟਿਕਿਆ। ਜਿਹੜੇ ਟਿਕੇ ਨੇ ਉਹ ਸਾਰੇ ਪਰਮੇਸ਼ਵਰ ਦੀ ਭਗਤੀ ਕਰਕੇ ਹੀ ਟਿਕੇ ਹਨ। ਦੂਜਾ ਭਾਵ ਉਹ ਵੀ ਜਾਣੋ, ਬਿਨ ਹਰ ਭਗਤ ਕਹਾ ਥਿਤ ਪਾਵੈ, ਕਹਿੰਦੇ ਬਿਨਾਂ ਪਰਮੇਸ਼ਰ ਦੀ ਭਗਤੀ ਤੋਂ ਜਿੱਥੇ ਟਿਕਾਣਾ ਨਹੀਂ ਹੋ ਸਕਦਾ, ਉੱਥੇ ਹਿਰਦੇ 'ਚ ਆਨੰਦ ਵੀ ਜਿਹੜਾ ਉਹ ਨਹੀਂ ਪੈਦਾ ਹੁੰਦਾ। ਸੰਸੇ ਨੇ ਜਿਹੜੇ ਪੈਦਾ ਹੋਈ ਜਾਂਦੇ ਨੇ ਸੰਸਿਆਂ ਨੂੰ ਮੇਟਣ ਵਾਸਤੇ, ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਉਹੀ ਮਹਾਰਾਜ ਕਹਿੰਦੇ ਭਾਈ ਬਲੀ ਹੈ। ਜਿਨ੍ਹਾਂ ਨੇ ਭਾਈ ਕੋਲ ਮਹਾਰਸ, ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਰੂਪੀ ਜਿਹੜਾ ਰਸ ਹੈ ਉਹਨੂੰ ਘੋਲ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਪੀਤਾ ਹੈ ਨਾ, ਜਿਨ੍ਹਾਂ ਨੇ ਘੋਲ ਮਹਾਰਸ ਅੰਮ੍ਰਿਤ, ਕਹਿੰਦੇ ਅਮਰ ਕਰ ਦੇਣ ਵਾਲੇ ਨਾਮ ਦੇ ਅੰਮ੍ਰਿਤ ਨੂੰ ਜਿਨ੍ਹਾਂ ਨੇ ਪੀਤਾ ਹੈ ਨਾ। ਨਾਨਕ ਹਰ ਗੁਰ ਜਾ ਕੋ ਦੀਆ, ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੀ ਸੁਭਾ ਉਸਤਤੀ ਕਰਨ ਦਾ ਜਿਹੜਾ ਉਹ ਅਵਸਰ ਦਿੱਤਾ। ਨਾਨਕ ਹਰ ਗੁਰ ਜਾ ਕੋ ਦੀਆ, ਜਿਨ੍ਹਾਂ ਨੇ ਨਾਮ ਜਪ ਕੀਤਾ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣਾ ਸਰੂਪ ਦਾ ਜਿਹੜਾ ਹੈ ਦਰਸ਼ਨ ਦਿੱਤਾ ਹੈ। ਜਿਨ੍ਹਾਂ ਨੇ ਨਾਮ ਜਪ ਕੀਤਾ ਹੈ ਉਹੀ ਆਨੰਦ ਦੇ ਵਿੱਚ ਆਏ ਨੇ, ਉਹੀ ਖੇੜੇ ਦੇ ਵਿੱਚ ਆਏ ਨੇ, ਨਹੀਂ ਬਾਕੀ ਤਾਂ ਜਿਹੜੇ ਹੈ ਉਹ ਚਿੰਤਾਵਾਂ ਦੇ ਵਿੱਚ, ਫਿਕਰਾਂ ਦੇ ਵਿੱਚ ਹੀ ਭੱਜੇ ਫਿਰਦੇ ਨੇ। ਸਾਰੀ ਜ਼ਿੰਦਗੀ ਫਿਕਰਾਂ ਦੇ ਵਿੱਚ ਹੀ ਲੰਘ ਜਾਂਦੀ ਹੈ, ਜੋੜਦਿਆਂ ਜੋੜਦਿਆਂ ਹੀ ਲੰਘ ਜਾਂਦੀ ਹੈ। ਜਦੋਂ ਉਹਨੂੰ ਭੋਗਣ ਦਾ ਸਮਾਂ ਆਉਂਦਾ ਹੈ ਉਦੋਂ ਤਨ 'ਤੇ ਰੋਗ ਲੱਗ ਜਾਂਦੇ ਆ। ਸਾਰੀ ਜ਼ਿੰਦਗੀ ਜੋੜਦਿਆਂ ਦੀ ਲੰਘ ਗਈ ਹੈ। ਇਹ ਦੇਖੋ ਵੀ ਜੇ ਹੁਣ 70 ਸਾਲ ਦੀ ਉਮਰ ਹੋ ਗਈ ਹੈ, 20 ਸਾਲ ਤੋਂ ਕਮਾਉਣ ਲੱਗੇ, 50 ਸਾਲ ਕਮਾਇਆ, 70 ਸਾਲ ਦੀ ਆਜੂ ਤੱਕ ਪਹੁੰਚਦਿਆਂ ਹੁਣ ਸਰੀਰ ਰੋਗੀ ਹੋ ਗਿਆ, ਹੁਣ ਜਿਹੜੀ ਕਮਾਈ ਕੀਤੀ ਸੀ ਉਹ ਹੁਣ ਆਪਣੇ ਤੇ ਲੱਗੀ ਜਾ ਰਹੀ ਹੈ, ਜਿਹੜੇ ਜੋੜੇ ਸੀ ਉਹ ਲੱਗ ਰਹੇ ਨੇ। ਤੇ ਫਿਰ ਕਹਿੰਦੇ 50 ਸਾਲ ਕਮਾਈ ਕਰਕੇ ਜੇ ਆਪਣੇ ਉੱਤੇ ਲਾਣੀ ਹੀ ਸੀ ਤੇ ਫਿਰ ਕਾਹਦੇ ਵਾਸਤੇ ਜਿਹੜਾ ਏਡਾ ਬਖੇੜਾ ਖੜਾ ਕੀਤਾ, ਕਾਹਦੇ ਵਾਸਤੇ ਏਡਾ ਜੰਜਾਲ ਬਣਿਆ, ਏਡਾ ਤਾਣਾ ਬਣਿਆ।
ਕਮਾਈ ਕਰਕੇ ਜਿਹੜਾ ਆਪਣਾ ਸਰੀਰ ਵੀ ਗਾਲਿਆ ਔਰ ਭੋਗਿਆ ਵੀ ਨਹੀਂ, ਜੋੜੀ ਗਏ ਪਰ ਲਾਣਾ ਅਖੀਰ ਨੂੰ ਆਪਣੇ ਤੇ ਪੈ ਗਿਆ। ਜੇ ਇਹੀ ਚੀਜ਼ ਪਹਿਲਾਂ ਸਮਝ ਆਈ ਹੁੰਦੀ ਵੀ ਆਪਣੇ ਤਨ ਦੇ ਉੱਤੇ ਲਾਉਣੇ ਨੇ, ਉਸੇ ਹਿਸਾਬ ਦੇ ਨਾਲ ਤਨ ਨੂੰ ਵਾਹੋ ਵੀ ਜਿਹੜਾ ਇਹ ਅਗਾਂਹ ਜਾ ਕਰਕੇ ਦੁਖੀ ਨਾ ਹੋਵੇ। ਪਰ ਮਹਾਰਾਜ ਕਹਿੰਦੇ ਨਹੀਂ, ਉਦੋਂ ਨਹੀਂ ਜੀਵ ਨੇ ਜਾਣਿਆ। ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹਨਾਂ ਪਰਮੇਸ਼ਵਰ ਦੀ ਉਸਤਤ ਕੀਤੀ ਹੈ ਨਾ, ਉਦੋਂ ਹੀ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਸਰੂਪ ਦੀ ਸਾਖਿਆਤਤਾ ਦਿੱਤੀ ਹੈ, ਉਹਨਾਂ ਨੂੰ ਆਪਣਾ ਦਰਸ਼ਨ ਦਿੱਤਾ। ਨਾਨਕ ਹਰ ਗੁਰ ਜਾ ਕੋ ਦੀਆ, ਇਹ ਕਹਿ ਲਓ ਪਰਮੇਸ਼ਵਰ ਪ੍ਰਾਪਤ ਉਹਨਾਂ ਨੂੰ ਹੋਇਆ ਜਿਹਨਾਂ ਨੂੰ ਗੁਰੂ ਪ੍ਰਾਪਤ ਹੋਇਆ। ਜਿਨ੍ਹਾਂ ਨੂੰ ਗੁਰੂ ਪ੍ਰਾਪਤ ਹੋ ਗਿਆ ਉਹਨਾਂ ਨੂੰ ਰੱਬ ਵੀ ਪ੍ਰਾਪਤ ਹੋ ਜਾਂਦਾ ਹੈ। ਲੋਕ ਗਣ ਕਾਲੇ ਸਭ ਦਿਵਸ ਸਾਸਨ ਹੈ, ਪੜਨ ਘਟਨ ਤਿਲ ਸਾਰ। ਗਣ ਕਾਲੇ ਸਭ ਦਿਵਸ ਸਾਸ ਨਹਿ ਵਢਣ ਘਟਨ ਤਿਲ ਸਾਰ। ਗਣ ਨਾਮ ਜਿਹੜਾ ਸੀ ਇਹ ਗੰਗਾ ਪਾਦ ਹੈ, ਜਿਹਨੂੰ ਇਹ ਗੱਗਾ ਹੀ ਪੜ੍ਹਾਇਆ ਜਾਂਦਾ ਸਕੂਲਾਂ ਦੇ ਵਿੱਚ। ਹਜੇ ਵੀ ਗੱਗਾ ਪੜ੍ਹਾਈ ਜਾਂਦੇ ਨੇ, ਕਈ ਨਾਣਾ ਪੜ੍ਹਾਈ ਜਾਂਦੇ ਨੇ, ਕੋਈ ਪਤਾ ਨਹੀਂ ਕੀ ਪੜ੍ਹਾਈ ਜਾਂਦੇ ਨੇ। ਇਹ ਦੋ ਅੱਖਰ ਜਿਹੜੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੇ ਨੇ ਨਾ, ਤੁਸੀਂ ਜਿਹੜਾ ਕੋਈ ਗੁਰਮਤ ਦਾ ਗਿਆਤਾ ਟੀਚਰ ਹੈ, ਅਧਿਆਪਕ ਹੈ, ਉਹਨੂੰ ਛੱਡ ਕੇ ਬਾਕੀ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਪੁੱਛ ਲਓ ਇਹ ਅੱਖਰ ਕਿਹੜੇ ਨੇ, ਉਹ ਜਾਂ ਤਾਂ ਨਾਣਾ ਕਹਿਣਗੇ ਜਾਂ ਗੱਗਾ ਪੜ੍ਹਨਗੇ ਜਾਂ ਹੋਰ ਹੀ ਕੋਈ ਆਪਦੇ ਕੋਲ ਬਣਾ ਕੇ ਦੱਸ ਦੇਣਗੇ। ਪਰ ਮਹਾਰਾਜ ਨੇ ਇਸ ਪਦ ਦੀ ਵੀ ਵਰਤੋਂ ਕੀਤੀ ਹੈ ਜਿਹਨੂੰ ਦੁਨੀਆ ਕਹਿੰਦੀ ਹੈ ਖਾਲੀ ਹੈ। ਹਜੇ ਤੱਕ ਸਕੂਲਾਂ 'ਚ ਪੜ੍ਹਾਈ ਗਿਆ ਗੰਗਾ ਖਾਲੀ ਖਾਲੀ ਨਹੀਂ। ਮਹਾਰਾਜ ਕਹਿਣਗੇ ਗਣ ਘਾਲੇ ਸਭ ਦਿਵਸ ਸਾਸ, ਪਰਮੇਸ਼ਰ ਨੇ ਜਿਹੜੇ ਸਾਸ ਸਵਾਸ ਦਿੱਤੇ ਨੇ ਨਾ, ਇਹ ਸਾਰੇ ਗਣ ਗਿਣ ਕੇ ਦਿੱਤੇ ਨੇ। ਪਾਤਸ਼ਾਹ ਕਹਿਣ ਲੱਗੇ ਜਿੱਥੇ ਸਵਾਸ ਗਿਣ ਕੇ ਦਿੱਤੇ ਨੇ, ਵਧਣ ਘਟਣ ਤਲਸਾਰ, ਨਾ ਇਹ ਸਵਾਸਾਂ ਨੇ ਵਧਣਾ ਨਾ ਇੱਕ ਸਵਾਸ ਘਟ ਸਕਦਾ। ਭਾਵੇਂ ਕੋਈ ਜਿੰਨਾ ਮਰਜ਼ੀ ਯਤਨ ਕਰ ਲਏ, ਜਿਸ ਦਿਨ ਮੇਰੇ ਸਵਾਸ ਘਟ ਗਏ ਉਸ ਦਿਨ ਨਾ ਤਾਂ ਕੋਈ ਹਕੀਮ ਬਚਾ ਸਕਦਾ, ਨਾ ਵੈਦ, ਨਾ ਡਾਕਟਰ, ਨਾ ਕੋਈ ਕਿਸੇ ਦਾ ਜਾਦੂ ਟੋਣਾ ਮੰਤਰ, ਕੁੱਝ ਨਹੀਂ ਕੰਮ ਕਰਨਾ ਜਿਸ ਦਿਨ ਮੇਰੇ ਸਵਾਸ ਘਟ ਗਏ। ਜੇ ਵਧੇ ਹੋਏ ਨੇ, ਭਾਵੇਂ ਲੱਖਾਂ ਕੋਈ ਚੜ੍ਹ ਕੇ ਆ ਜਾਏ, ਜਿੰਨਾ ਮਰਜ਼ੀ ਕੋਈ ਬਦਨਾਮ ਕਰਨ ਦਾ ਯਤਨ ਕਰੇ, ਕੋਈ ਮਾਰਨ ਦਾ ਯਤਨ ਕਰੇ, ਨਹੀਂ ਕੁਝ ਹੋ ਸਕਦਾ। ਮਹਾਰਾਜ ਕਹਿੰਦੇ ਗਣ ਘਾਲੇ ਸਭ ਦਿਵਸ ਸਾਸ, ਕਿਉਂਕਿ ਪਰਮੇਸ਼ਰ ਨੇ ਜਿੰਨੇ ਸਾਹ ਦਿੱਤੇ ਆ ਗਿਣ ਕੇ ਦਿੱਤੇ ਨੇ, ਉਹਦੇ ਤੋਂ ਇੱਕ ਸਾਹ ਵੱਧ ਨਹੀਂ ਮੈਂ ਲੈ ਸਕਦਾ ਤੇ ਇੱਕ ਘੱਟ ਵੀ ਨਹੀਂ ਲੈ ਸਕਦਾ। ਜਿੰਨੇ ਦਿੱਤੇ ਨੇ ਉਹ ਪੂਰੇ ਹੋਣਗੇ। ਆਪਾਂ ਕਈ ਵਾਰ ਦੇਖਦੇ ਹਾਂ ਕਿ ਬੰਦਾ ਜਿਹੜਾ ਹੈ ਉਹ ਡਾਕਟਰ ਕਹਿੰਦੇ ਜੀ ਮਰ ਗਿਆ, ਲੈ ਜਾਂਦੇ ਨੇ ਚਿਖਾ ਦੇ ਉੱਤੇ ਚਿਣ ਦਿੰਦੇ ਨੇ, ਕਈ ਵਾਰ ਚਿਖਾ ਤੋਂ ਉੱਠ ਕੇ ਆ ਜਾਂਦਾ। ਕਿਉਂ? ਉਹਦੇ ਸਵਾਸ ਰਹਿੰਦੇ ਨੇ, ਤੇ ਜਿੰਨੇ ਸਵਾਸ ਰਹਿੰਦੇ ਨੇ ਉਹ ਲੈਣੇ ਪੈਂਦੇ ਨੇ। ਕਈ ਵਾਰ ਦੇਖੋ ਦਿਲ ਦੀ ਧੜਕਣ ਰੁਕ ਜਾਂਦੀ ਹੈ ਪਰ ਇਕੱਲੇ ਸਵਾਸ ਹੀ ਚੱਲੀ ਜਾਂਦੇ ਨੇ। ਕਿਉਂ? ਉਹ ਸਵਾਸ ਪੂਰੇ ਹੋਣਗੇ, ਫਿਰ ਜਾ ਕਰ ਕਿਤੇ ਪ੍ਰਾਣ ਨਿਕਲਣੇ ਨੇ। ਮਹਾਰਾਜ ਕਹਿਣ ਲੱਗੇ ਗਣ ਘਾਲੇ ਸਭ ਦਿਵਸ ਸਾਸ ਨੇ ਵੜਨ ਘਟਨ ਤਲਸਾਰ। ਪਰਮੇਸ਼ਰ ਨੇ ਜਿਤਨੇ ਵੀ ਸਵਾਸ ਦਿੱਤੇ ਨੇ ਨਾ, ਇਹ ਸਾਰੇ ਭਾਈ ਗਿਣ ਗਿਣ ਕੇ ਦਿੱਤੇ ਨੇ, ਨਾ ਇਹਨਾਂ ਦੇ ਵਿੱਚੋਂ ਇੱਕ ਸਵਾਸ ਵਧਣਾ ਹੈ, ਨਾ ਇਹਨਾਂ ਦੇ ਵਿੱਚੋਂ ਇੱਕ ਸਵਾਸ ਘਟਣਾ ਹੈ। ਜੀਵਨ ਲੋਰ ਹੈ ਭਰਮ ਮੋਹ, ਨਾਨਕ ਤੇਉ ਗਵਾਰ। ਜਿਹੜਾ ਹੋਰ ਸਵਾਸ ਚਾਹੁੰਦਾ ਹੈ, ਜਿਹੜਾ ਇਹ ਚਾਹੁੰਦਾ ਵੀ ਮੈਨੂੰ ਹੋਰ ਜ਼ਿੰਦਗੀ ਮਿਲ ਜਾਏ, ਹਜੇ 20-25 ਸਾਲ ਮੈਂ ਹਜੇ ਹੋਰ ਕਿਧਰੇ ਨਾ ਮਰਾਂ। ਮਹਾਰਾਜ ਕਹਿੰਦੇ ਜਿਹੜਾ ਇਹ ਬਿਰਤੀ ਰੱਖੀ ਫਿਰਦਾ ਹੈ, ਜੀਵਨ ਲੋਰਾ ਹੈ, ਕਹਿੰਦੇ ਜਿਉਣਾ ਮੰਗ ਰਿਹਾ ਹੈ,
ਮਹਾਰਾਜ ਕਹਿੰਦੇ ਭਰਮ ਮੋਹ ਇਹ ਭਰਮ ਦੇ ਵਿੱਚ ਪਿਆ, ਨਾਨਕ ਤਿਉ ਗਵਾਰ। ਸੱਚੇ ਪਾਤਸ਼ਾਹ ਕਹਿੰਦੇ ਇਹਦੇ ਤੋਂ ਵੱਡਾ ਗਵਾਰ ਕਿਹੜਾ ਹੋ ਸਕਦਾ। ਜੇ ਸੰਸਾਰ ਦੀ ਭਾਸ਼ਾ ਦੇ ਵਿੱਚ ਗਵਾਰ ਉਹਨੂੰ ਕਿਹਾ ਜਾਂਦਾ ਜਿਹੜਾ ਪੜ੍ਹਿਆ ਲਿਖਿਆ ਨਾ ਹੋਵੇ, ਜਿਹੜਾ ਅਲਪੱਗ ਹੋਵੇ, ਸਿੱਧਾ ਸਾਦਾ ਜੋ ਹੋਵੇ, ਉਹਨੂੰ ਕਹਿੰਦੇ ਤਾਂ ਗਵਾਰ ਹੈ ਜੀ। ਪਰ ਮਹਾਰਾਜ ਕਹਿਣ ਲੱਗੇ ਜਿਹੜਾ ਬੰਦਾ ਇਸ ਭਰਮ ਦੇ ਵਿੱਚ ਤੁਰਿਆ ਫਿਰਦਾ ਵੀ ਰੱਬਾ ਮੈਨੂੰ ਜ਼ਿੰਦਗੀ ਹੋਰ ਦੇ ਦੇ ਹੋਰ ਦੇ ਦੇ, ਸੱਚੇ ਪਾਤਸ਼ਾਹ ਕਹਿਣ ਨਾਨਕ ਤਿਉ ਗਵਾਰ। ਅਸਲ ਜੇ ਗਵਾਰ ਤਾਂ ਉਹ ਆ, ਭਾਵੇਂ ਕਹਿੰਦੇ ਜਿੰਨੀ ਮਰਜ਼ੀ ਪੜ੍ਹਾਈ ਕੀਤੀ ਹੋਵੇ, ਜਿੰਨਾ ਮਰਜ਼ੀ ਪੜ੍ਹਿਆ ਹੋਵੇ। ਕਹਿਣ ਲੱਗੇ ਅਸਲ ਦੇ ਵਿੱਚ ਗਵਾਰ ਉਹ ਹੈ ਜਿਹੜਾ ਹੋਰ ਜੀਵਨ ਮੰਗ ਰਿਹਾ, ਇਹ ਭੁੱਲ ਗਿਆ ਪਰਮੇਸ਼ੁਰ ਨੇ ਜਿੰਨੇ ਸਵਾਸ ਦਿੱਤੇ ਸਾਰੇ ਗਿਣ ਕੇ ਦਿੱਤੇ ਨੇ, ਕੋਈ ਵਾਧਾ ਘੱਟਦਾ ਨਹੀਂ। ਪਰ ਮਹਾਰਾਜ ਕਹਿੰਦੇ ਭਰਮ ਦੇ ਵਿੱਚ ਪਿਆ ਹੋਇਆ ਹੋਰ ਮੰਗੀ ਤੁਰਿਆ ਜਾਂਦਾ, ਇਹਨੂੰ ਪਤਾ ਨਹੀਂ ਜਿਹੜਾ ਕੁਝ ਪਰਮੇਸ਼ਰ ਨੇ ਦੇਣਾ ਸੀ ਇੱਕ ਵਾਰੀ ਦੇ ਦਿੱਤਾ ਹੈ। ਪੌੜੀ ਮੰਗਾ ਗ੍ਰਾਸੈ ਕਾਲ ਤੇ ਜੋ ਸਾਕਤ ਪ੍ਰਭ ਕੀਨ। ਮਹਾਰਾਜ ਜੀ ਗੰਗੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹੋਇਆ ਕਹਿ ਰਹੇ ਨੇ ਮੰਗਾ ਗ੍ਰਾਸੈ ਕਾਲ ਤੇ, ਕਹਿੰਦੇ ਕਾਲ ਜਿਹੜਾ ਹੈ, ਮੌਤ ਜਿਹੜੀ ਹੈ ਨਿਗਲ ਲੈਂਦੀ ਹੈ ਕਿਨੂੰ, ਜੋ ਸਾਕਤ ਪ੍ਰਭ ਕੀਨ, ਜਿਨ੍ਹਾਂ ਨੂੰ ਪਰਮੇਸ਼ਰ ਨੇ ਸਾਕਤ ਬਣਾਇਆ। ਕਾਲ ਜਿਹੜਾ ਹੈ ਸਮੇਂ ਦਾ ਚੱਕਰ ਵੀ ਉਹਨੂੰ ਆਪਣੇ ਅਧੀਨ ਲੈ ਲੈਂਦਾ ਹੈ ਜਿਹੜਾ ਗੁਰੂ ਤੋਂ ਪਰਮੇਸ਼ਰ ਤੋਂ ਸਨਮ ਜਿਹੜਾ ਮਨਮੁੱਖ ਹੈ, ਜਿਹੜਾ ਉਲਟੀ ਰੀਤ ਕਰਦਾ ਹੈ ਗੁਰਮੁਖ ਦੀ। ਮਹਾਰਾਜ ਕਹਿਣ ਲੱਗੇ ਉਹਨੂੰ ਤਾਂ ਭਾਈ ਕਾਲ ਦਾ ਹੀ ਭਾਵ ਕੇ ਜੰਮਣ ਮਰਨ ਦਾ ਹੀ ਜਿਹੜਾ ਚੱਕਰ ਹੈ ਉਹ ਪਿਆ ਰਹਿੰਦਾ ਹੈ। ਅਨੇਕ ਜੋਨ ਜਨਮੈ ਮਰਹਿ ਆਤਮ ਰਾਮ ਨਚੀਨ। ਮਹਾਰਾਜ ਕਹਿੰਦੇ ਅਨੇਕ ਜੋਨ, ਅਨੇਕਾਂ ਜੋਨ ਜਿਹੜੀਆਂ ਜੂਨਾਂ ਨੇ, ਜਨਮੈ ਮਰੈ ਉਹਨਾਂ ਦੇ ਜਨਮਦਾ ਤੇ ਮਰਦਾ ਹੈ ਆਤਮ ਰਾਮ ਨਚੀਨ। ਮਹਾਰਾਜ ਕਹਿੰਦੇ ਆਪਣੇ ਪਰਮੇਸ਼ਰ ਵਾਹਿਗੁਰੂ ਦੇ ਨਿੱਜ ਸਰੂਪ ਨੂੰ ਜਿਹੜਾ ਹੈ ਉਹ ਚੀਨ ਨਹੀਂ ਜਾਣਦਾ। ਗਿਆਨ ਧਿਆਨ ਤਾਹੂ ਕੋ ਆਏ। ਮਹਾਰਾਜ ਕਹਿੰਦੇ ਗਿਆਨ ਵੀ ਉਹਨੂੰ ਪ੍ਰਾਪਤ ਹੋਇਆ, ਧਿਆਨ ਵੀ ਉਹਨੂੰ ਪ੍ਰਾਪਤ ਹੋਇਆ। ਮਹਾਰਾਜ ਦੱਸ ਰਹੇ ਆ ਕਿਹਨੂੰ ਪ੍ਰਾਪਤ ਹੋਇਆ ਹੈ। ਕਿਰਪਾ ਜਿਹੇ ਆਪ ਦਿਵਾਏ, ਜਿਹਦੇ ਤੇ ਪਰਮੇਸ਼ਰ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਜਿਹਦਾ ਧਿਆਨ ਲਵਾ ਦੇਣ ਉਹਦਾ ਹੀ ਧਿਆਨ ਲੱਗਦਾ ਹੈ ਤੇ ਗਿਆਨ ਵੀ ਉਹਨੂੰ ਪ੍ਰਾਪਤ ਹੁੰਦਾ ਹੈ ਜਿਹਦੇ ਤੇ ਆਪ ਕਿਰਪਾ ਕਰ ਦੇਣ। ਨਹੀਂ ਸਾਡੇ ਵਰਗੇ ਕਿਤਾਬਾਂ ਦਾ ਬੜੀਆਂ ਪੜ੍ਹਦੇ ਹੈ ਪਰ ਚੇਤੇ ਕੱਖ ਨਹੀਂ ਰਹਿੰਦਾ, ਕਿਉਂ? ਇਹ ਤਾਂ ਪਰਮੇਸ਼ਰ ਦੀ ਵਿਦਿਆ ਹੈ, ਜਿਹਦੇ ਤੇ ਆਪਣਾ ਹੱਥ ਰੱਖੇਗਾ ਉਹੀ ਪੜ੍ਹਾ ਸਕਦਾ ਹੈ, ਜਿਹਦੇ ਤੇ ਹੱਥ ਨਹੀਂ ਰੱਖਦਾ। ਹਾਂ, ਲੋਕਾਂ ਦੀਆਂ ਈਰਖਾ ਚੁਗਲੀਆਂ ਜਿੰਨੀਆਂ ਮਰਜ਼ੀ ਕਰਾ ਲਓ, ਪੰਜਾਹ ਪੰਜਾਹ ਸਾਲ ਦੀਆਂ ਗੱਲਾਂ ਪੁਰਾਣੀਆਂ ਲੋਕਾਂ ਨੂੰ ਯਾਦ ਹੋ ਜਾਂਦੀਆਂ ਨੇ ਪਰ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਨਹੀਂ ਯਾਦ ਹੁੰਦੀਆਂ। ਮਹਾਰਾਜ ਕਹਿੰਦੇ ਇਹ ਵੀ ਵਿਦਿਆ ਹੈ, ਇਹ ਵੀ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ, ਜੇ ਉਹ ਚਾਹੇ ਤਾਂ ਪ੍ਰਾਪਤ ਹੁੰਦੀ ਹੈ। ਕਰ ਕਿਰਪਾ ਜੇ ਆਪ ਦਿਵਾਏ, ਜੇ ਉਹ ਆਪ ਕਿਰਪਾ ਕਰ ਦੇਵੇ ਨਾ। ਮਹਾਰਾਜ ਕਹਿੰਦੇ ਗਿਆਨ ਧਿਆਨ ਤਾਹੂ ਕੋ ਆਏ, ਉਹਨੂੰ ਗਿਆਨ ਤੇ ਧਿਆਨ ਦੀ ਸੋਝੀ ਆਉਂਦੀ ਹੈ। ਗਣਤੀ ਗਣੀ ਨਹੀਂ ਕੋ ਛੁਟੈ। ਮਹਾਰਾਜ ਕਹਿੰਦੇ ਭਾਈ ਦੇਖ ਲਓ ਸੰਸਾਰ ਦੇ ਵਿੱਚ ਗਣਤੀ ਗਣੀ ਨਹੀਂ ਕੋ ਛੂਟਾ। ਕਹਿੰਦੇ ਗਿਣਤੀਆਂ ਮਿਣਤੀਆਂ ਕਰਕੇ ਵੀ ਦੇਖ ਲਓ, ਜੇ ਕੋਈ ਗਿਣਤੀ ਮਿਣਤੀ ਕਰਕੇ ਕਵੇ ਮੈਂ ਇੰਨੇ ਗ੍ਰੰਥ ਪੜ੍ਹ ਲਏ ਨੇ, ਮੈਂ ਏਡਾ ਵੱਡਾ ਵਿਦਵਾਨ ਹਾਂ, ਮੈਂ ਏਡਾ ਵੱਡਾ ਕਥਾ ਵਾਚਕ ਹਾਂ, ਮੈਂ ਏਡਾ ਵੱਡਾ ਵਕਤਾ ਬੋਲਣ ਵਾਲਾ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦੇਖੋ ਕਈ ਬੰਦੇ ਗਿਣਤੀਆਂ ਗਿਣ ਗਿਣ ਕੇ ਪੜ੍ਹਾਈ ਕਰਦੇ ਨੇ ਵੀ ਮੈਂ ਆਹ ਸ਼ਾਸਤਰ ਪੜ੍ਹ ਲਏ, ਆਹ ਪੜ੍ਹ ਲਏ, ਆਹ ਪੜ੍ਹ ਲਿਆ, ਹੁਣ ਮੈਂ ਇਹਦੇ 'ਚ ਆਹ ਸੁਣਾਵਾਂਗਾ ਲੋਕਾਂ 'ਤੇ ਪ੍ਰਭਾਵ ਪਏਗਾ।
ਤੇ ਕਈ ਬੰਦੇ ਇਸੇ ਪ੍ਰਕਾਰ ਹੋਰ ਜਿਹੜੀਆਂ ਗਿਣਤੀਆਂ ਗਿਣਦੇ ਨੇ ਵੀ ਮੈਂ ਚੰਗੇ ਕਰਮ ਕੀਤੇ, ਮੈਂ ਆਹ ਵੀ ਕੀਤਾ, ਮੈਂ ਪੜ੍ਹਾਈ ਵੀ ਕਰਾ ਦਿੱਤੀ ਕਿਸੇ ਗਰੀਬ ਦੀ, ਮੈਂ ਫੀਸ ਵੀ ਭਰ ਦਿੱਤੀ ਹੈ। ਮਹਾਰਾਜ ਕਹਿੰਦੇ ਉਹ ਗਿਣਤੀਆਂ ਹੀ ਗਣੀ ਜਾਂਦੇ ਨੇ, ਪਰ ਸੱਚੇ ਪਾਤਸ਼ਾਹ ਕਹਿਣ ਲੱਗੇ ਚੇਤੇ ਰੱਖਿਓ ਗਿਣਤੀ ਗਣੀ ਨਹੀਂ ਕੋਈ ਛੁੱਟਾ ਹੈ, ਗਿਣਤੀ ਗਿਣਿਆ ਵੀ ਅੱਜ ਤੱਕ ਕੋਈ ਨਹੀਂ ਛੁੱਟਿਆ। ਜੇ ਕੋਈ ਬੰਦਾ ਕਹੇ ਨਾ ਮੈਂ ਜਿਹੜੇ ਕਰਮ ਕਰਦਾ ਇਹ ਗਿਣ ਗਿਣ ਕੇ ਕਰ ਲਵਾਂ ਇਹਦੇ ਨਾਲ ਛੁੱਟ ਜਾਏਗਾ, ਤੇ ਮਹਾਰਾਜ ਕਹਿੰਦੇ ਭਾਈ ਗਿਣਤੀ ਦਾ ਭਰਮ ਰੱਖਣ ਕਰਕੇ ਬੰਦਾ ਨਹੀਂ ਛੁੱਟਦਾ। ਕਈ ਬੰਦੇ ਇਕੱਲੀ ਗਿਣਤੀ ਰੱਖਦੇ ਨੇ, ਦੇਖੋ ਦੇਖੋ ਜਪ ਕਰਨਾ ਸੇਵਾ ਕਰਨੀ ਆ, ਵੱਧ ਤੋਂ ਵੱਧ ਕਰੋ, ਕਿਉਂਕਿ ਦੇਖੋ ਜਦੋਂ ਅਸੀਂ ਕੋਈ ਗਿਣਤੀ ਰੱਖ ਕੇ ਕਰ ਲਈਏ ਉਹਦੇ ਨਾਲ ਕੀ ਹੈ ਵੱਧ ਹੋ ਜਾਂਦੀ ਹੈ। ਜੇ ਅਸੀਂ ਮਨ ਨੂੰ ਢਿੱਲ ਦੇ ਦਈਏ ਇਹ ਮਨ ਤਾਂ ਫਿਰ ਤੁਰਦਾ ਹੀ ਨਹੀਂ, ਮਨ ਤਾਂ ਕਹਿੰਦਾ ਵੀ ਛੱਡ ਪਰਾਂ ਕੋਈ ਗੱਲ ਨਹੀਂ, ਵਾਹਿਗੁਰੂ ਕਹਿ ਲੈ ਇੱਕ ਵਾਰੀ ਕਹਿ ਤਾਂ ਇਹੀ ਬਹੁਤ ਹੈ, ਮਨ ਨਹੀਂ ਗਾਹਾਂ ਤੁਰਦਾ। ਹੁਣ ਮਨ ਨੂੰ ਲਾਉਣ ਵਾਸਤੇ ਗਿਣਤੀ ਜਿਹੜੀ ਉਹ ਕੀਤੀ ਜਾਂਦੀ ਹੈ, ਪਰ ਕਹਿੰਦੇ ਇਸ ਗਿਣਤੀ ਦਾ ਹੰਕਾਰ ਕਰਨਾ ਵੀ ਮੈਂ ਤਾਂ ਜੀ ਇੰਨੇ ਇੰਨੇ ਪਾਠ ਕਰ ਦਿੰਦਾ, ਮੈਂ ਤਾਂ ਇੰਨੇ ਦਿਨ ਲਗਾਤਾਰ ਸੇਵਾ ਕੀਤੀ ਆ, ਮੈਂ ਇੰਨੇ ਗ੍ਰੰਥ ਪੜ੍ਹ ਲਏ ਨੇ, ਜਿਹੜਾ ਇਸ ਗਿਣਤੀ ਦਾ ਹੰਕਾਰ ਹੈ ਨਾ। ਮਹਾਰਾਜ ਕਹਿੰਦੇ ਤੂੰ ਦੇਖ ਗਿਣਤੀ ਗਣੀ ਨਹੀਂ ਕੋਈ ਛੁੱਟਾ, ਗਿਣਤੀ ਦਾ ਹੰਕਾਰ ਕਰਕੇ ਵੀ ਨਹੀਂ ਕੋਈ ਛੁੱਟਿਆ, ਭਾਵੇਂ ਜਿੰਨਾ ਮਰਜ਼ੀ ਕੋਈ ਪੜ੍ਹਿਆ, ਜਿੰਨਾ ਮਰਜ਼ੀ ਕਿਸੇ ਨੇ ਜਪ ਕੀਤਾ ਵਧੀਕ ਕੀਤਾ, ਪਰ ਜਿਹੜਾ ਗਿਣਤੀ ਦੇ ਭਰਮ ਚ ਪਿਆ ਹੋਇਆ ਨਾ, ਜਿਹੜਾ ਕਹਿੰਦਾ ਬਸ ਮੈਂ ਵੱਧ ਕਰ ਰਹੀ ਹਾਂ, ਇਸ ਚਾਲ ਦੇ ਵਿੱਚ ਭੱਜਿਆ ਫਿਰਦਾ, ਆਪਣਾ ਆਪਾ ਜਣਾ ਰਿਹਾ ਹੈ, ਮਹਾਰਾਜ ਕਹਿੰਦੇ ਨਹੀਂ ਕੋਈ ਛੁੱਟਾ, ਕੋਈ ਵੀ ਨਹੀਂ ਭਾਈ ਛੁੱਟ ਸਕਦਾ ਹੈ ਕਾਲ ਤੋਂ। ਕਾਚੀ ਗਾਗਰ ਸਰ ਪਰ ਫੁੱਟੈ, ਮਹਾਰਾਜ ਕਹਿੰਦੇ ਦੇਖੋ ਸਰ ਪਰ ਜਿਵੇਂ ਕੱਚਾ ਘੜਾ ਹੋਵੇ ਉਹਦੇ ਵਿੱਚ ਪਾਣੀ ਪਾ ਦਿਓ ਸਰ ਪਰ ਉਸੇ ਵੇਲੇ ਕਹਿੰਦੇ ਟੁੱਟ ਜਾਂਦਾ ਨਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਸਰੀਰ ਹੈ, ਇਹ ਸਰੀਰ ਵੀ ਜਿਹੜਾ ਹੈ ਇਹਦਾ ਜਦੋਂ ਕਾਲ ਇਹਦੇ ਉੱਤੇ ਆ ਕਰਕੇ ਪਏਗਾ, ਮੌਤ ਤੇ ਪਏਗੀ ਆ ਕੇ, ਇਹਨੇ ਉਹਦੇ ਵਕਤ ਹੀ ਟੁੱਟ ਜਾਣਾ ਹੈ। ਸੋ ਜੀਵਤ ਜਿਹੇ ਜੀਵਤ ਜਪਿਆ, ਮਹਾਰਾਜ ਹੁਣ ਕਹਿੰਦੇ ਭਾਈ ਸੋ ਜੀਵਤ ਜਿਉਂਦਾ ਕੌਣ ਹੈ ਇਹ ਦੱਸ ਰਹੇ। ਅਸੀਂ ਕਹਿੰਦੇ ਹਾਂ ਜਿਹਦੇ ਸਾਹ ਚੱਲਦੇ ਆ ਉਹ ਜਿਉਂਦਾ, ਪਰ ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਜਿਉਂਦਾ ਕੌਣ ਹੈ। ਪਾਤਸ਼ਾਹ ਕਹਿਣ ਲੱਗੇ ਸੋ ਜੀਵਤ ਉਹ ਜਿਉਂਦਾ ਹੈ ਜਿਹ ਜੀਵਤ ਪ੍ਰਵਾਨ ਹੈ ਨਾ, ਉਹ ਤਾਂ ਜਿਉਂਦੇ ਜੀ ਜਪਿਆ ਪ੍ਰਵਾਨ ਹੈ। ਜਿਹੜਾ ਬੰਦਾ ਜਿਉਂਦੇ ਜੀ ਜਪ ਨਹੀਂ ਕਰਦਾ ਉਹਦੇ ਭੋਗ ਦੇ ਉੱਤੇ ਭਾਵੇਂ ਤੁਸੀਂ ਜਿੰਨੇ ਮਰਜ਼ੀ ਚੰਗੇ ਕਥਾਵਾਚਕ ਬੁਲਾ ਲਓ, ਜਿੰਨੇ ਮਰਜ਼ੀ ਢਾਡੀ ਲਵਾ ਦਿਓ, ਜਿਹੜਾ ਮਰਜ਼ੀ ਤੁਸੀਂ ਕਰਮ ਕਾਂਡ ਕਰ ਲਿਓ ਉਹ ਇੱਕ ਪਖੰਡ ਹੀ ਰਹਿ ਜਾਏਗਾ, ਉਹ ਤੋਂ ਵੱਧ ਕੁਝ ਨਹੀਂ। ਕਿਉਂਕਿ ਮਹਾਰਾਜ ਨੇ ਬਾਣੀ 'ਚ ਜ਼ਿਕਰ ਕੀਤਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਆਪਣਾ ਸੰਸਾਰ ਦੇ ਵਿੱਚ ਆਇਆ ਹੋਇਆ ਜਿਹੜਾ ਕਾਜ ਕੰਮ ਹੈ ਨਾ ਇਹਨੂੰ ਸਾਨੂੰ ਆਪ ਸਵਾਰਨਾ ਪੈਣਾ, ਇਹ ਦੂਜਾ ਨਹੀਂ ਕੋਈ ਸਵਾਰ ਸਕਦਾ। ਜੇ ਸਵਾਰ ਸਕਦਾ ਹੈ ਤੇ ਫਿਰ ਇਹ ਵੀ ਮੰਨਣਾ ਪਊਗਾ ਵੀ ਰੋਟੀ ਕੋਈ ਦੂਜਾ ਖਾ ਲਵੇ ਤੇ ਭੁੱਖ ਮੇਰੀ ਮਿਟ ਜਾਵੇ, ਜੇ ਇਹ ਹੋ ਸਕਦਾ ਹੈ ਤੇ ਫਿਰ ਇਹ ਵੀ ਹੋ ਸਕਦਾ। ਜੇ ਕੋਈ ਮੰਨਦਾ ਹੈ ਵੀ ਕਿਸੇ ਦੇ ਜਪ ਦੇ ਨਾਲ ਮੇਰਾ ਕਲਿਆਣ ਹੋ ਜੂ, ਨਹੀਂ, ਆਪਣਾ ਜਪ ਆਪ ਕਰਨਾ ਪੈਣਾ, ਆਪਣਾ ਭਲਾ ਆਪ ਕਰਨਾ ਪੈਣਾ। ਜਦੋਂ ਸਾਡੀ ਪ੍ਰਾਪਤ ਬਣ ਗਈ, ਸਾਡੇ ਕਰਮ ਚੰਗੇ ਹੋਣ ਲੱਗ ਗਏ, ਉਦੋਂ ਆਪਣੇ ਆਪ ਹੀ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਣਾ ਹੈ। ਪਰ ਮਹਾਰਾਜ ਕਹਿਣ ਲੱਗੇ ਸੋ ਜੀਵਤ, ਕਹਿੰਦੇ ਅਸਲ ਜਿਉਂਦਾ ਉਹੀ ਹੈ ਜਿਹ ਜੀਵਤ ਜਪਿਆ, ਜਿਹਨੇ ਜਿਉਂਦੇ ਜੀ ਭਾਈ ਪਰਮੇਸ਼ਰ ਵਾਹਿਗੁਰੂ ਨੂੰ ਜਪਿਆ। ਅਸਲ ਦੇ ਵਿੱਚ ਜੀਵਤ ਤਾਂ ਉਹਨੂੰ ਹੀ ਕਿਹਾ ਜਾਂਦਾ, ਕਿਉਂਕਿ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਕਹਿਣ ਲੱਗੇ ਮਰਨੰ ਬਿਸਰਨੰ ਗੋਬਿੰਦ ਹੈ ਸੰਸਕ੍ਰਿਤ,
ਕਹਿਣ ਲੱਗੇ ਮਰਨਾ ਕੀ ਹੈ, ਪਰਮੇਸ਼ਵਰ ਨੂੰ ਵਿਸਾਰ ਦੇਣਾ ਮਰਨਾ ਹੀ ਹੈ, ਭਾਵੇਂ ਜਿਉਂਦੇ ਜੀ ਕੋਈ ਵਿਸਾਰੀ ਫਿਰੇ, ਭਾਵੇਂ ਰੋਜ਼ ਤੁਰਿਆ ਫਿਰਦਾ ਸੰਸਾਰ ਦੇ ਵਿੱਚ, ਪਰ ਕਹਿੰਦੇ ਜੇ ਰੱਬ ਨੂੰ ਭੁੱਲਿਆ ਬੈਠਾ ਉਹ ਮਰਿਆ ਹੋਇਆ ਹੀ ਹੈ। ਕਹਿੰਦੇ ਜਿਉਣਾ ਕੀ ਹੈ, ਮਹਾਰਾਜ ਕਹਿੰਦੇ ਜੀਵਣਾ ਹਰਨਾਮ ਤੇ ਆਵਣਾ, ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ, ਕਹਿੰਦੇ ਇਹ ਜੀਵਨ ਹੈ। ਜੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਉਸਤਤੀ ਨਹੀਂ, ਜਿੰਨੇ ਮਰਜ਼ੀ ਕੰਮ ਕਰ ਲਓ, ਜਿਹੜਾ ਮਰਜ਼ੀ ਦਾਨ ਪੁੰਨ ਕਰੀ ਜਾਓ, ਉਹ ਕਿਹੜੇ ਲਿਖੇ ਪੈ ਜਾਂਦਾ। ਸਾਨੂੰ ਜਿਹੜਾ ਹੈ ਇਸ ਗੱਲ ਦਾ ਭਰਮ ਹੈ, ਅਸੀਂ ਇਸ ਮਾਰਗ ਦੇ ਉੱਤੇ ਤੁਰਨਾ ਨਹੀਂ ਚਾਹੁੰਦੇ। ਸਾਨੂੰ ਇਹ ਵੀ ਕੋਈ ਸੌਖਾ ਜਿਹਾ ਰਸਤਾ ਹੋਵੇ, ਸੌਖਾ ਜਿਹਾ ਰਸਤਾ ਵੀ ਇਹ ਕਹਿ ਲਓ ਵੀ ਬਸ ਕਦੇ ਕਦਾਈ ਰੱਬ ਰੱਬ ਕਹਿਣਾ ਹੋਵੇ, ਕਦੇ ਕਦਾਈ ਕੋਈ ਮਾੜਾ ਮੋਟਾ ਕਰਨਾ ਹੋਵੇ, ਬਸ ਅਸੀਂ ਇੱਥੇ ਚਾਹੁੰਦੇ ਹਾਂ। ਇਸੇ ਕਰਕੇ ਲੋਕ ਧਰਮ ਤੋਂ ਦੂਰ ਭੱਜ ਰਹੇ ਨੇ, ਭੱਜ ਤਾਂ ਰਹੇ ਨੇ ਵੀ ਇਹ ਚਾਹੁੰਦੇ ਵੀ ਸਸਤਾ ਕਰ ਦਿਓ, ਸਾਨੂੰ ਸੌਖਾ ਕਰ ਦਿਓ, ਹਰ ਕੰਮ ਪੈਸੇ ਨਾਲ ਹੀ ਹੋ ਜਾਏ। ਇੱਦਾਂ ਨਹੀਂ ਹੁੰਦਾ, ਮਾਇਆ ਬਹੁਤ ਕੁਝ ਹੈ ਪਰ ਸਾਰਾ ਕੁਝ ਨਹੀਂ। ਹਰ ਇੱਕ ਜਗ੍ਹਾ ਤੇ ਮਾਇਆ ਨਹੀਂ ਕੰਮ ਆਉਂਦੀ, ਕਿਤੇ ਤਾਂ ਜਿਹੜੀ ਉਹ ਸ਼ਰਧਾ ਵੀ ਧਾਰਨੀ ਪੈਂਦੀ ਹੈ, ਕਿਤੇ ਪ੍ਰੇਮ ਵੀ ਰੱਖਣਾ ਪੈਂਦਾ, ਕਿਤੇ ਗਿਆਨ ਦੀ ਲੋੜ ਵੀ ਪੈਂਦੀ ਹੈ। ਜੇ ਹੁਣ ਨਿਰਾਪਰਾ ਪੈਸਾ ਚੱਕੀ ਫਿਰੀਏ ਵੀ ਪੈਸੇ ਨਾਲ ਆ ਕੰਮ ਹੋ ਜਾਣਗੇ, ਨਹੀਂ ਹੁੰਦੇ। ਜਿਹੜਾ ਕੰਮ ਸ਼ਰਧਾ ਦਾ ਹੈ ਉੱਥੇ ਪੈਸਾ ਕੰਮ ਨਹੀਂ ਕਰੇਗਾ, ਜਿੱਥੇ ਪੈਸੇ ਦਾ ਕੰਮ ਹੈ ਉੱਥੇ ਸ਼ਰਧਾ ਕੰਮ ਨਹੀਂ ਕਰੇਗੀ, ਜਿੱਥੇ ਪ੍ਰੇਮ ਦਾ ਕੰਮ ਹੈ ਉੱਥੇ ਪੈਸੇ ਨੇ ਕੰਮ ਨਹੀਂ ਕਰਨਾ। ਹਰ ਇੱਕ ਚੀਜ਼ ਦੀ ਵੱਖੋ ਵੱਖਰੀ ਥਾਂ ਆ। ਜਿੱਥੇ ਘਰ ਬਣਾਉਣ ਲੱਗੇ ਇੱਟ ਲੱਗਣੀ, ਉੱਥੇ ਇੱਟ ਹੀ ਲੱਗੇਗੀ, ਉੱਥੇ ਸਰੀਆ ਨਹੀਂ ਪੈ ਸਕਦਾ। ਜਿਹੜੀ ਚੀਜ਼ ਦੀ ਭੁੱਖ ਹੋਵੇ ਉਹਦੇ ਨਾਲ ਹੀ ਭੁੱਖ ਮਿਟਣੀ ਹੈ। ਜੇ ਭੁੱਖ ਜਿਹੜੀ ਹੈ ਗਲਾ ਸੁੱਕ ਰਿਹਾ, ਪਿਆਸ ਲੱਗੀ ਹੋਈ ਆ ਪਾਣੀ ਦੀ, ਤੁਸੀਂ ਜਿੰਨੇ ਮਰਜ਼ੀ ਪਦਾਰਥ ਅੱਗੇ ਰੱਖ ਦਿਓ ਉਹਦੇ ਨਾਲ ਤੁਹਾਡੀ ਪਿਆਸ ਨਹੀਂ ਬੁੱਝਣੀ। ਪਿਆਸ ਉਦੋਂ ਹੀ ਬੁੱਝੇਗੀ ਜਦੋਂ ਪਾਣੀ ਪੀਓ। ਇਸੇ ਪ੍ਰਕਾਰ ਜਿੱਥੇ ਗਿਆਨ ਦੀ ਲੋੜ ਆ ਉੱਥੇ ਗਿਆਨ ਦੀ ਵਰਤੋਂ ਕਰਨੀ ਪਏਗੀ, ਜਿੱਥੇ ਪ੍ਰੇਮ ਦੀ ਲੋੜ ਆ ਉੱਥੇ ਪ੍ਰੇਮ ਦੀ ਵਰਤੋਂ ਕਰਨੀ ਪੈਣੀ ਹੈ, ਜਿੱਥੇ ਸ਼ਰਧਾ ਉੱਥੇ ਸ਼ਰਧਾ। ਜੇ ਸਾਨੂੰ ਇਹ ਸਮਝ ਆ ਜਾਏ ਵੀ ਧਰਮ ਜਿਹੜਾ ਸ਼ਰਧਾ ਦਾ ਵਿਸ਼ਾ ਹੈ, ਗਿਆਨ ਦਾ ਵਿਸ਼ਾ ਹੈ, ਸ਼ਰਧਾ ਤੇ ਗਿਆਨ ਦਾ ਸੁਮੇਲ ਹੀ ਜਿਹੜਾ ਹੈ ਉਹ ਧਰਮ ਹੈ। ਅਸੀਂ ਜਾਂ ਤਾਂ ਇਕੱਲੀ ਸ਼ਰਧਾ ਚੱਕੀ ਫਿਰਦੇ ਹਾਂ, ਇਕੱਲੀ ਸ਼ਰਧਾ ਇਹ ਪੰਜਾਬੀ 'ਚ ਕਹਿ ਲਓ ਵੀ ਅੰਨੀ ਸ਼ਰਧਾ, ਉੱਥੇ ਗਿਆਨ ਹੈ ਨਹੀਂ ਵੀ ਇਹ ਕਰਨਾ ਕੀ ਆ, ਕਾਹਤੋਂ ਕਰਨਾ। ਜਿਹਦਾ ਪਤਾ ਹੀ ਨਹੀਂ ਗਾ ਜੇ ਉਹ ਕਰਮ ਕਰੀ ਜਾ ਰਿਹਾ ਉਹਨੂੰ ਕਹਿੰਦੇ ਅੰਨੀ ਸ਼ਰਧਾ, ਇਹ ਕਾਹਤੋਂ ਕਰ ਰਹੇ ਹਾਂ, ਕਿਉਂ ਹੁੰਦੇ ਨੇ ਕਰਮ ਜਿਹਦੇ ਬਾਰੇ ਸਾਨੂੰ ਗਿਆਨ ਨਹੀਂ। ਜੀ ਪਹਿਲਾਂ ਵਾਲੇ ਕਰਦੇ ਸੀਗੇ, ਪਹਿਲਾਂ ਵਾਲੇ ਕਹਿ ਕੇ ਖੜਾ ਨਹੀਂ ਨਾ ਛੁੱਟਣਾ। ਕਰਮਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ। ਧਰਮ ਜਿਹੜਾ ਗਿਆਨ ਤੇ ਸ਼ਰਧਾ ਦਾ ਵਿਸ਼ਾ, ਗਿਆਨ ਤੇ ਸ਼ਰਧਾ ਜਦੋਂ ਸਾਡੇ ਕੋਲ ਹੋਣਗੇ ਅਸੀਂ ਠੱਗੇ ਨਹੀਂ ਜਾਵਾਂਗੇ, ਸਾਨੂੰ ਕੋਈ ਠੱਗ ਨਹੀਂ ਸਕਦਾ, ਲੁੱਟ ਨਹੀਂ ਸਕਦਾ, ਫਿਰ ਧਰਮ ਦੇ ਨਾਮ ਤੇ ਸਾਡਾ ਖੰਡਨ ਨਹੀਂ ਹੋਏਗਾ। ਫਿਰ ਇਹ ਨਹੀਂ ਕੋਈ ਕਹੇਗਾ ਮੈਂ ਤੈਨੂੰ ਚੰਦ ਤੇ ਫਲੈਟ ਲੈ ਕੇ ਦੇਣਾ, ਮੈਂ ਤੈਨੂੰ ਸਵਰਗਾਂ 'ਚ ਜਿਹੜਾ ਘਰ ਲੈ ਕੇ ਦੇਣਾ ਉਹਦੇ ਵਾਸਤੇ 20-25 ਲੱਖ ਰੁਪਈਆ ਤੂੰ ਮੇਰੇ ਅਕਾਊਂਟ 'ਚ ਪਾ ਦੇ, ਤੇ ਤੇਰੇ ਵਾਸਤੇ ਸਵਰਗਾਂ 'ਚ ਮੈਂ ਘਰ ਬੁੱਕ ਕਰ ਦਿੱਤਾ, ਉੱਥੇ ਤੈਨੂੰ ਟਿਕਟ ਮਿਲ ਜਾਏਗੀ, ਥਾਂ ਮਿਲ ਜਾਏਗੀ, ਫਿਰ ਨਹੀਂ ਕੋਈ ਠੱਗ ਸਕਦਾ ਜੇ ਸਾਨੂੰ ਗਿਆਨ ਵੀ ਹੈ। ਸਰੋਹ ਵਿਚਾਰ ਮਹਾਰਾਜ ਕਹਿਣ ਲੱਗੇ ਭਾਈ ਜਿਉਂਦਾ ਉਹ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ, ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਨਹੀਂ ਜਪ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਭਾਈ ਮਰਿਆਂ ਦੇ ਨਿਆਈ ਹੈ, ਸੋ ਜੀਵਤ ਜੇ ਜੀਵਤ ਜਪਿਆ, ਜਿਹਨੇ ਜਿਉਂਦੇ ਜੀ ਪਰਮੇਸ਼ਰ ਵਾਹਿਗੁਰੂ ਨੂੰ ਜਪਿਆ, ਅਸਲ ਦੇ ਵਿੱਚ ਜਿਉਂਦਾ ਮਹਾਰਾਜ ਕਹਿੰਦੇ ਉਹੀ ਕਿਹਾ ਜਾਂਦਾ ਹੈ। ਪ੍ਰਗਟ ਭਏ ਨਾਨਕ ਨਹਿ ਛਪਿਆ, ਮਹਾਰਾਜ ਕਹਿੰਦੇ ਜਿਹਨੇ ਜਿਉਂਦੇ ਜੀ ਜਪਿਆ ਨਾ, ਅਸਲ ਦੇ ਵਿੱਚ ਉਹ ਪ੍ਰਗਟ ਹੋ ਗਏ ਨੇ, ਸੰਸਾਰ ਦੇ ਵਿੱਚ ਲੁਕੇ ਨਹੀਂ, ਪ੍ਰਗਟ ਭਏ ਨਾਨਕ ਨਹਿ ਛਪਿਆ। ਮਹਾਰਾਜ ਕਹਿੰਦੇ ਉਹ ਲੁਕ ਨਹੀਂ ਸਕਦੇ, ਭਾਵੇਂ ਜਿੰਨਾ ਮਰਜ਼ੀ ਕੋਈ ਉਹਨਾਂ ਨੂੰ ਦਬਾਉਣ ਦਾ ਯਤਨ ਕਰ ਲਵੇ।
ਦੇਖੋ ਜਿਹੜੇ ਜਪ ਕਰਨ ਵਾਲੇ ਉਹ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਨੇ, ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਦਬਾਉਣ ਦਾ ਯਤਨ ਕਰੋ, ਅਸੀਂ ਇਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ, ਅਸੀਂ ਪਿੱਛੇ ਰੱਖਣਾ ਹੈ। ਜੋ ਮਰਜ਼ੀ ਯਤਨ ਕਰ ਲਓ ਆਪ ਹੀ ਅੱਗੇ ਆ ਜਾਂਦੇ ਨੇ। ਕਦੇ ਸੁਗੰਧੀ ਵਾਲੇ ਫੁੱਲ ਵੀ ਜਿਹੜੇ ਨੇ ਉਹ ਲੁਕੇ ਨੇ। ਜੇ ਕੋਈ ਬੰਦਾ ਕਹੇ ਦੇ ਮੈਂ ਤਾਂ ਗੁਲਾਬ ਤੋਂ ਈਰਖਾ ਕਰਦਾ ਜੀ, ਮੈਨੂੰ ਗੁਲਾਬ ਚੰਗਾ ਨਹੀਂ ਲੱਗਦਾ, ਤੂੰ ਈਰਖਾ ਕਰਦਾ ਕਰੀ ਜਾ, ਪਰ ਗੁਲਾਬ ਦੀ ਮਹਿਕ ਦੇ ਕਰਕੇ ਆਪਣੇ ਆਪ ਦੁਨੀਆ ਉਹਦੇ ਵੱਲ ਖਿੱਚੀ ਤੁਰੀ ਜਾਂਦੀ ਹੈ। ਲੋਕ ਤੁਰੇ ਜਾਂਦੇ ਨੇ ਉਹਦੇ ਵੱਲ ਜਿਹਦੇ ਵਿੱਚ ਗੁਣ ਹੋਵੇ, ਜਿਹਦੇ ਵਿੱਚ ਸੁਗੰਧੀ ਹੋਏਗੀ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ। ਜਿਵੇਂ ਕਹਿੰਦੇ ਹੁੰਦੇ ਨੇ ਬਾਣੀਆਂ ਜਿਹੜਾ ਹੈ ਨਾ ਉਹ ਆਪਣੀ ਦੁਕਾਨ ਦੇ ਵਿੱਚ ਗੁੜ ਜਿੱਥੇ ਮਰਜ਼ੀ ਲੁਕੋ ਕੇ ਰੱਖ ਲੇ, ਜਿੱਥੇ ਮਰਜ਼ੀ ਲੁਕੋ ਦੇ, ਪਰ ਚੂਹਿਆਂ ਨੇ ਲੱਭ ਹੀ ਲੈਣਾ, ਉਹ ਪ੍ਰਗਟ ਕਰ ਹੀ ਲੈਣਗੇ। ਇਸੇ ਪ੍ਰਕਾਰ ਰੱਬ ਕਹਿੰਦੇ ਜਿੱਥੇ ਮਰਜ਼ੀ ਲੁਕ ਜਾਏ ਉਹਦੇ ਭਗਤਾਂ ਨੇ ਪ੍ਰਗਟ ਕਰ ਹੀ ਲੈਣਾ, ਤੇ ਉਹਦੇ ਭਗਤ ਜਿਹੜੇ ਗੁੜ ਦੇ ਨਿਆਈ ਨੇ ਜਿੱਥੇ ਮਰਜ਼ੀ ਲੁਕ ਜਾਣ ਰੱਬ ਉਹਨਾਂ ਨੂੰ ਆਪੇ ਹੀ ਪ੍ਰਗਟ ਕਰ ਦਿੰਦਾ ਜਿਹੜੇ ਉਹਦੇ ਨਾਮ ਨੂੰ ਜਪਦੇ ਨੇ। ਪ੍ਰਗਟ ਭਏ ਨਾਨਕ ਨਹਿ ਛਪਿਆ, ਮਹਾਰਾਜ ਕਹਿੰਦੇ ਉਹ ਲੁਕਦੇ ਨਹੀਂ, ਉਹਨਾਂ ਨੂੰ ਕੋਈ ਲੁਕੋ ਨਹੀਂ ਸਕਦਾ, ਉਹ ਸੰਸਾਰ ਦੇ ਵਿੱਚ ਪ੍ਰਗਟ ਹੋ ਕਰਕੇ ਰਹਿੰਦੇ ਨੇ। ਇੱਥੇ ਭਾਈ ਸਲੋਕ ਦੀ ਸਮਾਪਤੀ ਹੈ, ਕੱਲ ਦੇ ਦੀਵਾਨਾਂ 'ਚ ਅਗਲੇ ਰਸ ਸਲੋਕ ਆਰੰਭ ਹੋਏਗਾ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਖੀਰਲੀਆਂ ਤੁਕਾਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸੋ ਜੀਵਤ ਜਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ, ਸਲੋਕ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰ ਕਲਿਆਣ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਨ ਗੁਰ ਪਾਰ ਉਤਾਰਣ, ਸ਼ਰਧਾ ਕਰ ਸੇਵਨ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆਗ।